ਕਿੱਦਾਂ ਫਿਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਕਿ ਇਹ ਵਾਲੀ ਵੀਡੀਓ ਸਿਰਫ ਐਂਟਰਟੇਨਮੈਂਟ ਪਰਪਸ ਲਈ। ਮੇਰੇ ਵੀਰ ਦੇ ਭੈਣ ਦੇ ਭਰਾ ਨੇ ਕਿਸੇ ਨੇ ਭਮੱਤਰ ਕੇ ਸ਼ਤਰੂਘਨ ਸੀਨਾ ਬਣ ਗਏ, ਉਹ ਖਾਮੋਸ਼ ਵਰਗੇ ਭੈੜੇ ਭੈੜੇ ਕਮੈਂਟ ਥੱਲੇ ਬਿਲਕੁਲ ਵੀ ਨਹੀਂ ਕਰਨੇ, ਕਿਉਂਕਿ ਯਾਰ ਅਸੀਂ ਤਾਂ ਯਾਰ ਸਿੰਗਰ ਜਿਹੜੇ ਲਿਰਿਕਸ ਵਾਲੇ ਜੁਗਲਬੰਦੀ ਕਰਕੇ ਹਾਸੇ ਪਾਉਣ ਦੀ ਕੋਸ਼ਿਸ਼ ਕਰਦੇ, ਅਤੇ ਅੱਜ ਵੀ ਆਪਾਂ ਉਹੀ ਕੋਸ਼ਿਸ਼ ਕਰਨੀ ਹੈ। ਅਤੇ ਅੱਜ ਦੀ ਵੀਡੀਓ ਬਹੁਤ ਖਾਸ ਆ ਅਤੇ ਆਪਾਂ ਟਾਈਮ ਬਿਲਕੁਲ ਵੀ ਨਹੀਂ ਵੇਸਟ ਕਰਨਾ, ਸੋ ਵਿਦਆਊਟ ਵੇਸਟਿੰਗ ਟਾਈਮ ਲੈਟ ਗੈਟ ਸਟਾਰਟਡ। ਹੈਲੋ, ਕੌਣ ਬੋਲ ਰਿਹਾ ਜੀ? ਕੀ ਕਰਨ ਔਜਲਾ? ਯਾਰ ਜਿਵੇਂ ਤੂੰ ਕਰਨ ਔਜਲਾ, ਇੱਧਰ ਮੈਂ ਅਮਨ ਔਜਲਾ, ਮਤਲਬ ਔਜਲਾ ਹੀ ਔਜਲਾ। ਇਹਦਾ ਮਤਲਬ ਤਾਂ ਇਹੀ ਬਣਿਆ ਕਿ ਜਿਵੇਂ ਕਿ ਤੂੰ ਮੇਰੀ ਭੂਆ ਦਾ ਮੁੰਡਾ ਨਹੀਂ ਲੱਗਦਾ, ਠੀਕ ਹੈ ਨਾ? ਯਾਰੀ ਦੋਸਤੀ ਪੱਕੀ ਤੇ ਰੋਸਟ ਆਪੂ ਆਪਣਾ। ਛੋਟੇ ਸਾਡੇ ਨਾਲ ਕਰਦਾ ਕਿਉਂ ਆਕੜਾ? ਉਹ ਆਕੜਾ ਨਹੀਂ ਵੀਰੇ, ਬਸ ਮਜ਼ਾਕ ਮਸਤੀ ਯਾਰ, ਨਾਲੇ ਬਿਲੇਟਡ ਹੈਪੀ ਦੀਵਾਲੀ। ਤੇ ਮੈਂ ਸੁਣਿਆ ਸੱਚ ਦੀਵਾਲੀ ਤੇ ਇਸ ਵਾਰ ਪਟਾਕੇ ਕੋਈ ਹੋਰ ਹੀ ਚਲਾ ਗਿਆ, ਤੂੰ ਨਹੀਂ ਚਲਾਏ ਪਟਾਕੇ? ਦੇਖੀ ਵੀਡੀਓ ਬਣਾ ਕੇ ਕਦੇ ਸੈਂਡ ਕਰਾਂਗੇ। ਓ ਲੈ, ਤੁਸੀਂ ਅਜੇ ਵੀਡੀਓ ਬਣਾਉਣ ਦੀ ਤਿਆਰੀ 'ਚੋਂ? ਲੋਕੀ ਤਾਂ ਇੱਥੇ ਲਾਈਵ ਸਟੇਜ ਤੇ ਪਟਾਕੇ ਪਾਈ ਜਾਂਦੇ ਆ। ਸਾਹੀ ਤੇਰੇ ਵਾਂਗੂ ਦੂਜਿਆਂ ਦੇ ਕਹੁੰਦਾ ਨਹੀਂ ਓ ਕਾਕਾ, ਇਹ ਪੈਣਗੇ ਪਟਾਕੇ ਅੱਗ ਲਾ ਦੋਰੀਏ। ਉਹ ਵੀਰੇ ਯਾਰ ਇਹੀ ਮਸਲਾ ਨਾ ਪਟਾਕੇ ਚਲਾਉਣੇ ਆ, ਮੈਂ ਤੁਹਾਨੂੰ ਗੱਲ ਦੱਸਦਾ ਇੱਕ। ਕੱਲ ਨਾ ਮੂਸੇ ਵਾਲੇ ਪਿੰਡ ਕਿਸੇ ਨੇ ਸਰਦਾਰ ਜੀ ਨੇ 10,000 ਦੀ ਲੜੀ ਚਲਾਈ ਸੀਗੀ, ਤੇ ਉਹਦੇ ਵਿੱਚ ਕੁਝ ਪਟਾਕੇ ਫੁੱਸ ਹੋ ਗਏ, ਕੁਝ ਚੱਲੇ ਹੀ ਨਹੀਂ। ਆਪਾਂ ਉਹ ਇਕੱਠੇ ਕਰਕੇ ਰੱਖਦੇ ਆ, ਤੁਸੀਂ ਉਹ ਚਲਾ ਲਿਓ। ਆਹੋ, ਅਗਲਿਆਂ ਦੇ ਬਚੇ ਕੁਚੇ ਪਟਾਕੇ ਚਲਾਉਣੇ ਆ ਤੁਸੀਂ? ਅਗਲਾ ਤਾਂ ਨਿਤ ਨਵਾਂ ਪਟਾਕਾ ਚਲਾਉਂਦਾ, ਨਾਲੇ ਫਿਰ ਐ ਕਰਦਾ, ਹਵਾ ਚ ਉੱਡਿਆ ਫਿਰਦਾ ਅੱਜ ਕੱਲ ਉਹ ਤਾਂ। ਹਵਾ ਵਿੱਚ ਉੱਡਦੇ ਲਫਾਫੇ ਫਿਰਦੇ, ਇਕੱਠੇ ਕਰ ਫੂਕਣੇ ਆ ਯਾਰ ਨੇ। ਉਹ ਭਾਜੀ ਤੁਸੀਂ ਤਾਂ ਡਾਇਰੈਕਟ ਹੀ ਹੋ ਗਏ, ਟੋਲਰੇਟ ਕਰੋ ਥੋੜਾ। ਹੋਰ ਨਹੀਂ ਹੁੰਦਾ ਟੋਲਰੇਟ, ਗੋਰੀਏ ਬੜੀ ਅੱਤ ਚੱਕੀ ਲੰਡੂਆਂ ਦੀ ਡਾਰ ਨੇ। ਉਹ ਭਾਜੀ ਸਮਝਿਆ ਕਰੋ ਥੋੜਾ, ਲੁੱਕ ਲੁੱਕ ਕੇ, ਆਪਾਂ ਵੀਡੀਓ 'ਚ ਕਿਸੇ ਦਾ ਨਾਮ ਨਹੀਂ ਲੈਣਾ। ਹਾਂ ਆਓ, ਤੂੰ ਕਰੇ ਲੁੱਕ ਕੇ, ਜੱਟ ਕਰੇ ਬੁੱਕ ਕੇ। ਉਹ ਚਲੋ ਭਾਜੀ, ਆਪਾਂ ਇਸ ਟੌਪਿਕ 'ਤੇ ਨਾ ਗੱਲ ਕਰਨ ਨੂੰ ਰਹਿ ਨਹੀਂ ਦਿੰਦੇ ਹਾਂ, ਆਪਾਂ ਉੱਤੇ ਗੱਲ ਕਰਦੇ ਹਾਂ ਦੀ ਠੱਗਸ ਆਫ ਹਿੰਦੁਸਤਾਨ। ਉਹ ਵੀ ਨਾ ਤੁਹਾਡੇ ਪਟਾਕਿਆਂ ਵਾਂਗੂ ਫੁੱਸ ਹੋ ਗਈ। ਭੱਜ ਨਾ ਤੂੰ, ਭੱਜ ਕਾਕਾ ਚੱਲ, ਰੁੱਕ ਰੁੱਕ ਕੇ। ਭਾਜੀ ਤੁਸੀਂ ਹਟਦੇ ਨਹੀਂ ਨਾ, ਲਾਵਾਂ ਸਿੱਧੂ ਮੂਸੇ ਵਾਲੇ ਨੂੰ ਫੋਨ। ਆਓ ਜੱਟ ਦਾ ਮੁਕਾਬਲਾ, ਆਓ ਜੱਟ ਦਾ ਮੁਕਾਬਲਾ, ਦੱਸ ਮੈਨੂੰ ਕਿੱਥੇ ਆਈ ਨਹੀਂ। ਉਹ ਭਾਜੀ ਸਾਡੇ ਕੋਲ ਨਹੀਂ ਹੈਗਾ ਤੁਹਾਡਾ ਮੁਕਾਬਲਾ, ਜਦੋਂ ਸਾਨੂੰ ਲੱਭੂਗਾ ਅਸੀਂ ਤੁਹਾਨੂੰ ਦੇ ਦਾਂਗੇ। ਨਾਲੇ ਹਜੇ ਮੈਂ ਕਾਲ ਥੋੜੀ ਕੀਤੀ ਆ ਤੁਹਾਨੂੰ, ਹਜੇ ਤਾਂ ਸਲਾਹੀ ਕੀਤੀ ਆ, ਤੁਹਾਡੀ ਵਾਰੀ ਆਊਗੀ, ਥੋੜਾ ਵੇਟ ਕਰੋ। ਦੇਖ ਕਰਨ ਬਾਈ, ਹਜੇ ਮੈਂ ਬਾਈ ਦਾ ਨਾਮ ਹੀ ਲਿਆ ਸੀ, ਨਾਲ ਦੀ ਨਾਲ ਬਾਈ ਨੇ ਐਂਟਰੀ ਮਾਰਤੀ। ਅੱਗ ਆ ਨੀ ਰਾ ਬਾਈ, ਅੱਗ ਕਿੱਦਣਾ ਦਾ ਬਾਗ ਹੈ ਨੀ, ਨਿਰੀ ਸਾਲੇ ਝੱਗ ਹੈ ਨੀ, ਪੋਲੀਥੀਨ ਸਾਰਿਆਂ ਨੂੰ ਲਾ ਦੇਣੀ ਅੱਗ ਹੈ। ਉਹ ਕਰਨ ਬਾਈ, ਇੱਦਾਂ ਨੀ ਕਿਸੇ ਨੂੰ ਬੇਫਾਲਤੂ ਬੋਲੀਦਾ ਹੁੰਦਾ ਨਾ, ਜਿਵੇਂ ਕਿ ਬੰਦੇ ਤੁਸੀਂ ਵੀ ਘੈਂਟ ਹੋ ਤੇ ਉਹ ਵੀ ਘੈਂਟ ਆ, ਤੇ ਲੜਾਈ ਕਿਸ ਗੱਲ ਦੀ ਕਰਦੇ ਹੋ ਵੈਸੇ ਤੁਸੀਂ? ਤੁਹਾਨੂੰ ਮਿਲਦਾ ਕੀ ਹੈ ਲੜਾਈ ਕਰਕੇ ਯਾਰ? ਫੇਮ ਨਾਲੇ ਨੇਮ ਪਿੱਛੇ ਬਾਈ, ਇੱਧਰ ਵੀ ਸੇਮ ਹੀ ਆ, ਯਾਨੀ ਨੇਮ ਤੇ ਫੇਮ ਪਿੱਛੇ, ਤਾਂ ਹੀ ਤਾਂ ਤੁਹਾਡੇ ਪਿੱਛੇ ਵੀਡੀਓ ਬਣਾ ਰਿਹਾ ਮੈਂ। ਚੜ ਤੈਨੂੰ ਦੇਖ ਵਿੱਚ ਵੱਜਦਾ ਹੈ ਹਰੇ ਕੋਏ। ਓ ਬਾਈ ਐਵੇਂ ਨਾ ਸਮਝੀ ਮੈਨੂੰ, ਮੈਂ ਵੀ ਉਮਰ ਗਾਲੀ ਆ। ਤੇਰੀ ਏਜ ਜਿੰਨੇ ਜੱਟ ਤੇ ਮੁਕੱਦਮੇ। ਮਤਲਬ ਤੁਸੀਂ ਨਹੀਂ ਹਟਦੇ ਨਾ, ਲਾਵਾਂ ਸਿੱਧੂ ਮੂਸੇ ਵਾਲੇ ਨੂੰ ਫੋਨ। ਆਓ ਜੱਟ ਦਾ ਮੁਕਾਬਲਾ, ਆਓ ਜੱਟ ਦਾ ਮੁਕਾਬਲਾ, ਦੱਸ ਮੈਨੂੰ ਕਿੱਥੇ ਆਈ ਨਹੀਂ। ਓ ਬਾਈ ਯਾਰ ਸਾਡੇ ਕੋਲ ਤੇਰਾ ਮੁਕਾਬਲਾ ਨਹੀਂ ਹੈਗਾ, ਥੋੜਾ ਜਿਹਾ ਸੀਗਾ, ਰਾਤ ਪੁਲਿਸ ਫੜ ਕੇ ਲੈ ਗਈ ਉਹਨੇ, ਮਾਰ ਮਾਰ ਸਾਡੇ ਮੁਕਾਬਲੇ ਸਜਾ ਤੇ। ਬਾਈ ਯਾਰ ਤੈਨੂੰ ਹਜੇ ਫੋਨ ਲਾਉਣ ਦੀ ਸਲਾਹ ਕੀਤੀ ਆ, ਤੂੰ ਆਪਣੀ ਵਾਰੀ ਦੀ ਵੇਟ ਤਾਂ ਕਰ, ਆਊਗੀ ਤੇਰੀ ਵਾਰੀ, ਕੱਢ ਲਈ ਪੜਾਸ ਤੂੰ ਵੀ। ਓ ਯਾਰ ਡਿਸਟਰਬ ਕਰਦਾ ਯਾਰ। ਤੇ ਕਰਨ ਔਜਲਾ ਬਾਈ, ਜੇ ਤੁਸੀਂ ਦੋਨੇ ਜ਼ਿਆਦਾ ਤੱਤੇ ਹੋ ਤਾਂ ਟਾਈਮ ਟੂ ਇੰਪ ਵਾ ਦਈਏ। ਓ ਟਾਈਮ ਟੂ ਬਤਾਉਣਾ ਯਾਰਾ ਲਈ ਫਜ਼ੂਲ ਲੈ, ਆਉਂ ਦੀ ਸਪੋਰਟ ਗਨ ਸ਼ਾਟ ਰੂਲ ਹੈ। ਓ ਗਨ ਸ਼ਾਟ, ਭਾਜੀ ਮੈਂ ਵੀ ਇੱਕ ਵਾਰ ਟਰਾਈ ਕੀਤਾ ਸੀ, ਜਦੋਂ ਮੈਂ ਗਨ ਸ਼ਾਟ ਮਾਰਿਆ ਤਾਂ ਮੇਰਾ ਮੋਢਾ ਜਾ ਕੇ ਪਿੱਛੇ ਵੱਜਿਆ। ਭਾਜੀ ਇਹਦੇ ਲਈ ਕੋਈ ਖੁਰਾਕ ਖਾਣੀ ਪੈਂਦੀ ਆ? ਛੋਲੇ ਆਣਾ ਪੈਂਦੇ ਆ, ਬਦਾਮ ਚੱਪਣੇ। ਓ ਲੈ, ਇੰਨਾ ਸਿੰਪਲ, ਛੋਲੇ ਤੇ ਬਦਾਮ? ਵੀਰੇ ਫਿਰ ਮੈਨੂੰ ਵੀ ਮੰਗਾ ਦਿਓ, ਮੈਂ ਵੀ ਗਨ ਸ਼ਾਟ ਚਲਾਉਂਗਾ। ਜਾ ਕੇ ਸਹੇਲੀਆਂ ਨਾਲ ਕਾਫੀ ਕੂਫੀ ਪੀ। ਓਏ ਜ਼ਿਆਦਾ ਮੈਨੂੰ ਲਾਈਟ ਨਹੀਂ ਲੈਣਾ, ਜੇ ਤੁਸੀਂ ਗਨ ਨਹੀਂ ਮੰਗਾ ਕੇ ਦੇਣੀ ਤਾਂ ਉਹ ਛੋਲੇ ਬਦਾਮ ਨੂੰ ਨਾ ਕੁੱਟ ਕੇ ਪੂੜੀ ਬਣਾ ਕੇ ਸੈਂਡ ਕਰ ਦੋ। ਟੁੱਟਣੇ ਮੈਂ ਅੱਜ ਮਾਰ ਮਾਰ ਹੱਟੀਆਂ। ਓ ਯਾਰ ਹਰ ਗੱਲ ਤੇ ਬੰਬ ਬੰਦੂਕ ਅਸਲਾ, ਯਾਰ ਮੈਨੂੰ ਤਾਂ ਲੱਗਦਾ ਜਿਹੜੀ ਤੁਸੀਂ ਸਬਜ਼ੀ ਬਣਾਉਂਦੇ ਹੋਗੇ ਉਹਦਾ ਤੜਕਾ ਵੀ ਤੁਸੀਂ ਬਾਰੂਦ ਬੰਬ ਗੋਲੀਆਂ ਨਾਲ ਹੀ ਲਾਉਂਦੇ ਹੋਗੇ। ਕਰੇ ਆ ਕੇ ਦੇਖੀ ਕਿੰਨੇ ਰੌਂਦ ਕਿੰਨਾ ਅਸਲਾ। ਓ ਯਾਰ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਤੁਹਾਡੇ ਦੋਨਾਂ ਦੀ ਲੜਾਈ ਦਾ ਕੀ ਆ ਮਸਲਾ। ਵੈਸੇ ਮੈਂ ਨਾ ਆਹ ਗੋਲੀਆਂ ਬਾਰੂਦ ਵਾਲੀਆਂ ਸਬਜ਼ੀਆਂ ਕਦੇ ਖਾਧੀਆਂ ਨਹੀਂ, ਮੇਰੇ ਪਚਦੀਆਂ ਨਹੀਂ। ਤੁਸੀਂ ਐਂ ਕਰੋ, ਮੈਨੂੰ ਵੈਜ ਰੋਲ ਮੰਗਾ ਦਿਓ। ਕਾਕਾ ਜਿਹੜਿਆ ਬਣਾਉਂਦੇ ਉਹੀ ਰੋਲ ਦਿੰਦੇ ਆ। ਅੱਛਾ ਮਤਲਬ ਤੁਸੀਂ ਨਹੀਂ ਬਣਾਉਂਦੇ, ਤੁਸੀਂ ਤਾਂ ਸਿਰਫ ਗੱਲਾਂ ਬਣਾਉਂਦੇ ਹੋ। ਅੱਛਾ ਬਾਈ ਲਾਸਟ ਸਵਾਲ, ਮੈਂ ਇਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਬਾਈ ਨੂੰ ਫੋਨ ਲਾਉਣਾ ਵਾ, ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਓ ਜਿਲਾ ਸਨੇਹਾ ਬਸ ਇੰਨਾ ਕੀ ਕੱਲੇ। ਕੀ ਕੀ ਕੱਲੇ? ਜਿੰਨੀ ਛੇਤੀ ਇਸੇ ਓਨੀ ਛੇਤੀ ਥੱਲੇ, ਲੋਕਾਂ ਦੇ ਜ਼ਰਾਂ ਤੇ ਦੱਸ ਕਾਦੀ ਬੱਲੇ ਬੱਲੇ। ਓ ਅੱਛਾ ਜੀ, ਚਲੋ ਮੈਂ ਤੁਹਾਨੂੰ ਦੁਬਾਰਾ ਕਾਲ ਲਾਉਣਾ, ਹੁਣ ਸਿੱਧੂ ਮੂਸੇ ਵਾਲੇ ਬਾਈ ਨੂੰ ਫੋਨ ਲਾਈਏ। ਆਇਓ ਫਿਰ।
ਹੈਲੋ ਆਓ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਉਹ ਵੀਰੇ ਮੇਰੇ ਕੋਲ ਨਹੀਂ ਹੈਗਾ ਤੁਹਾਡਾ ਮੁਕਾਬਲਾ ਮੇਰੇ ਕੋਲ ਤਾਂ ਦੋ ਕੱਚੇ ਕਾਲੀ ਟੀ ਸ਼ਰਟ ਆ ਯਾਰ ਹੋਰ ਸੁਣਾਓ ਕੀ ਹਾਲ ਚਾਲ ਆ ਟ੍ਰੈਂਡ ਸੈੱਟ ਕਰਦਾ ਨਹੀਂ ਮੂਸੇ ਵਾਲਾ ਟੈਂਟ ਤਾਂ ਵੀਰੇ ਮੈਂ ਵਿਆਹ ਤੇ ਸੈੱਟ ਕਰਾਉਂਗਾ ਵੈਸੇ ਵੀਰੇ ਕਰਨ ਔਜਲਾ ਦਾ ਫੋਨ ਮੈਨੂੰ ਆਇਆ ਸੀ ਤੇ ਉਹ ਤੁਹਾਡੇ ਬਾਰੇ ਨਾ ਭਮੱਤਰ ਕੇ ਊਲ ਜਲੂਲ ਬੋਲਦਾ ਸੀ ਕਹਿੰਦਾ ਵੀ ਸਿੱਧੂ ਮੂਸੇ ਵਾਲਾ ਵੈਜ ਰੋਲ ਬਹੁਤ ਸੋਹਣਾ ਬਣਾਉਂਦਾ ਜਮਾ ਐਂਡ ਕਰਦਾ ਨਹੀਂ ਮੂਸੇ ਵਾਲਾ ਉਹ ਵੀਰੇ ਐਂਡ ਤਾਂ ਸਾਡੇ ਦੁਗਰੀ ਨਾ ਰੇੜੀ ਲਾਉਂਦਾ ਉਹ ਵੀ ਬਹੁਤ ਐਂਡ ਕਰਾਉਂਦਾ ਬੜੇ ਹੀ ਜ਼ਿਆਦਾ ਕਸਟਮਰ ਨੇ ਉਹਦੇ ਕੋਲ ਗਿਣ ਲਈ ਤੇ ਇਥੋਂ ਵੱਧ ਹੀ ਹੋਣੇ ਆ ਚਲੋ ਤੁਹਾਡੇ ਕੋਲ ਵੱਧ ਕਸਟਮਰ ਆਉਂਦੇ ਹੋਣੇ ਆ ਤੇ ਮੁੱਦੇ ਤੇ ਹੁੰਦੇ ਆ ਵੀਰੇ ਆਪਾਂ ਤੁਸੀਂ ਆਪਣੇ ਪਿਆਰੇ ਪਿਆਰੇ ਦੋਸਤ ਕਰਨ ਔਜਲਾ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੇ ਅਲਾਊਡ ਨਹੀਂ ਆ ਉਹ ਵੀਰੇ ਆਪਣੇ ਘਰ ਦਾ ਚੈਨਲ ਆ ਖੁੱਲ ਕੇ ਬੋਲੋ ਜੋ ਦਿਲ ਚਾਵੇ ਖੁੱਲ ਕੇ ਬੋਲੋ ਉਹ ਮੁੰਡੇ ਕਹਿੰਦੇ ਮੇਰਾ ਚਿੱਕੇ ਜਲਾਉਂਦਾ ਨਹੀਂ ਇਹ ਕਾਕਾ ਉਹ ਫੈਮਲੀ ਬਾਤੂ ਪੰਗੇ ਚਾਉਂਦਾ ਨਹੀਂ ਮੈਂ ਕਾਕਾ ਉਹ ਮਿਹਨਤ ਨਾਲ ਜ਼ਿੰਦਗੀ ਅੰਪਾਇਰ ਵਾਂਗੂ ਖੜੀ ਕੀਤੀ ਤਾਂ ਹੀ ਤੇਰੇ ਵਾਂਗੂ ਦੂਜਿਆਂ ਦੇ ਕਾਉਂਦਾ ਨਹੀਂ ਉਹ ਕਾਕਾ ਉਹਦੀਆਂ ਜੱਟ ਦਾ ਮੁਕਾਬਲਾ ਤੂੰ ਹੱਟ ਪਿੱਛੇ ਹੱਟ ਉਹ ਮੇਰਾ ਕਰਕੇ ਰਪਲਾਈ ਦੱਸ ਲੈ ਆ ਗਈ ਤੂੰ ਬੰਦ ਓਏ ਚੁੱਪ ਤੁਸੀਂ ਕਰ ਜੋ ਏ ਸ਼ਰਮ ਨਾਲ ਮਰ ਜੋਏ ਉਹ ਕੀਰ ਤੁਸੀਂ ਕੱਢਿਆ ਕਮੈਂਟਾਂ ਵਿੱਚ ਜੱਟ ਕਿਆ ਬਾਤ ਹੈ ਪੰਜਾਬੀਆਂ ਦੇ ਹਿਮੇਸ਼ ਰਸ਼ਮੀਆਂ ਜਿਹੜੀ ਇੱਕ ਲੈਨ ਨੂੰ 50 ਵਾਰ ਗਾ ਦਿੰਦਾ ਮੇਰਾ ਮਤਲਬ ਕਿ ਮੈਂ ਕਰਨ ਔਜਲਾ ਨੂੰ ਹੁਣੇ ਫੋਨ ਲਾਉਂਦਾ ਵਾਂ ਤੇ ਪੁੱਛਦਾ ਉਹਦਾ ਕੀ ਹਾਲ ਹੈ ਲਾਈਵ ਸਪੀਚ ਤੋਂ ਬਾਅਦ ਨਾ ਭਾਈ ਮੈਂ ਤੁਹਾਨੂੰ ਫੋਨ ਬਾਅਦ ਚੋਂ ਕਰਦਾ ਹੈ ਹੁਣ ਆਪਾਂ ਕਰਨ ਔਜਲਾ ਬਾਈ ਨੂੰ ਫੋਨ ਲਾਉਂਦੇ ਹਾਂ ਉਹਦਾ ਕੀ ਹਾਲ ਹੈ ਲਾਈਵ ਸਪੀਚ ਤੋਂ ਬਾਅਦ ਆਜੋ ਫਿਰ ਓ ਹਾਂਜੀ ਸਿੱਧੂ ਭਾਜੀ ਦਾ ਤੁਸੀਂ ਲਾਈਵ ਸ਼ੋਅ ਦੇਖਿਆ ਕਿੱਦਾਂ ਦਾ ਫੀਲ ਕਰ ਰਹੇ ਹੋ ਤੁਸੀਂ ਨਾ ਮੂੰਹ ਤੇ ਜਮਾ ਗਲ ਹੋ ਰਿਹਾ ਸਭ ਪੁੱਠਾ ਪੁੱਠਾ ਹੋ ਰਿਹਾ ਲੈ ਪੱਲਾ ਤਾਂ ਤੁਸੀਂ ਵੀਡੀਓ ਦੀ ਸਟਾਰਟਿੰਗ ਵਿੱਚ ਬੜੀ ਰਫਤਾਰ ਫੜੀ ਸੀ ਗਨ ਸ਼ੂਟ ਯੇ ਲੱਲਾ ਪੱਬਾ ਹੁਣ ਕੀ ਹੋ ਗਿਆ ਰਫਤਾਰਾਂ ਦੇ ਵਿੱਚ ਰਹਿੰਦਾ ਸੀ ਅੱਜ ਕੱਲ ਬੜਾ ਸਲੋ ਰਿਹਾ ਓ ਚਲੋ ਕੋਈ ਗੱਲ ਨਹੀਂ ਤੇ ਅੱਗੇ ਦਾ ਪਲਾਨ ਕੀ ਆ ਰੈੱਡ ਕੱਪਾ ਵਿੱਚ ਪੀਲੀ ਦਾਰੂ ਬਲੀਏ ਹੈ ਦਾਰੂ ਵਿਚ ਟਾਈਪ ਆਫ ਦਾਰੂ ਕਦੇ ਕਦੇ ਵਿਸਕੀ ਤੇ ਕਦੇ ਕਦੇ ਰਮ ਨਹੀਂ ਅੱਛਾ ਦੇਖੀ ਕਿਤੇ ਬਾਲਾ ਟੱਲੀ ਹੋ ਕੇ ਡਿੱਗ ਨਾ ਪਈ ਪੀ ਕੇ ਨਹੀਂ ਉਹ ਡਿੱਗੇ ਯਾਰ ਕਾਰ ਜੱਟ ਦਾ ਅੱਛਾ ਤੇ ਜਦੋਂ ਸਿੱਧੂ ਮੂਸੇ ਵਾਲੇ ਦਾ ਜਦੋਂ ਨਵਾਂ ਗਾਣਾ ਹੁੰਦਾ ਉਦੋਂ ਤੁਸੀਂ ਕਿੱਦਾਂ ਦਾ ਫੀਲ ਕਰਦੇ ਹੋ ਰੇਬਨ ਲਾ ਕੇ ਰੋਂਦਾ ਮੈਂ ਹੈ ਰੇਬਨ ਕਾ ਤੋਂ ਡਾਰਕ ਸਰਕਲ ਪੈ ਗਏ ਨੇ ਮੈਨੂੰ ਡਾਰਕ ਸਰਕਲ ਦਾ ਤਾਂ ਨਹੀਂ ਪਤਾ ਲੇਕਿਨ ਥੱਲੇ ਜਾ ਕੇ ਚੈੱਕ ਕਰੋ ਕਮੈਂਟਾਂ 'ਚ ਗਾਹ ਜ਼ਰੂਰ ਪੈ ਗਿਆ ਤੇ ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਚੁੱਕੋ ਤੁਸੀਂ ਵੀ ਥੱਲੇ ਜਾ ਕੇ ਕਮੈਂਟ ਜ਼ਰੂਰ ਕਰੋ ਤੇ ਕਰਨ ਬਾਈ ਮੈਂ ਪੁੱਛਦਾ ਸੀ ਤੁਸੀਂ ਉਹ ਆ ਵਾਲਾ ਸਟੈਪ ਕਰ ਲੈਂਦੇ ਹੋ ਉੱਚੀਆਂ ਨੇ ਚਿੜੀ ਉੱਤੋਂ ਲੰਘਣੇ ਫਲਾਈ ਕਰਕੇ ਦੇਖੀ ਵੀਡੀਓ ਬਣਾ ਕੇ ਕਦੇ ਸੈਂਡ ਕਰਾਂਗੇ ਆਹੋ ਤੁਸੀਂ ਕਰਤੀ ਵੀਡੀਓ ਸੈਂਡ ਚੰਗਾ ਬਾਈ ਯਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਅਮਨ ਔਜਲਾ ਵੱਲੋਂ ਨੋਟ ਕਰਨ ਔਜਲਾ ਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਯਾਰ ਮੈਨੂੰ ਸਹੀ ਗੱਲ ਆ ਦੋ ਦਿਨ ਲੱਗ ਗਏ ਸੀ ਸਕ੍ਰਿਪਟ ਲਿਖਣ ਨੂੰ ਕਿਉਂਕਿ ਬਹੁਤ ਜ਼ਿਆਦਾ ਨਾ ਜਿਹੜੇ ਲਿਰਿਕ ਸੀਗੇ ਹੌਸਲਾ ਹੌਸਲਾ ਬਹੁਤ ਆ ਠਾਠੂ ਬਹੁਤ ਸੀਗੀ ਤੇ ਦੀਵਾਲੀ ਦੀ ਵੀ ਠਾਠੂ ਚੱਲ ਰਹੀ ਸੀ ਮੈਂ ਬਹੁਤ ਪਜ਼ਲ ਹੋ ਗਿਆ ਸੀ ਤੇ ਥੋੜ੍ਹੀ ਉਹਨਾਂ ਦੀ ਚੱਲਦੀ ਪਈ ਹੈ ਸਿੱਧੂ ਮੂਸੇ ਵਾਲਾ ਵੀਰ ਤੇ ਕਰਨ ਔਜਲਾ ਵੀਰ ਦੀ ਥੋੜ੍ਹੀ ਜੁਗਲਬੰਦੀ ਚੱਲਦੀ ਪਈ ਹੈ ਤੇ ਮੈਂ ਤਾਂ ਇਹੀ ਕਹੂੰਗਾ ਯਾਰ ਉਹ ਆਪਾਂ ਨੂੰ ਐਂਟਰਟੇਨ ਕਰ ਰਹੇ ਨੇ ਦੋਨੇ ਆਰਟਿਸਟ ਨੇ ਬਹੁਤ ਅੱਛਾ ਲਿਖਦੇ ਨੇ ਬਹੁਤ ਅੱਛਾ ਗਾਉਂਦੇ ਨੇ ਐਗਜ਼ਾਮਪਲ ਦਾ ਮਤਲਬ WWE ਵਿੱਚ ਜਿਵੇਂ ਰੈਸਲਰਸ ਹੁੰਦੇ ਨੇ ਉਹ ਫਾਈਟ ਕਰਦੇ ਨੇ ਲੇਕਿਨ ਆਪਾਂ ਐਂਟਰਟੇਨ ਹੁੰਦੇ ਆ ਉਹਨਾਂ ਦੀ ਜੌਬ ਆ ਰੈਸਲਰਸ ਇਦਾਂ ਹੀ ਆ ਸਿੰਗਰਸ ਨੇ ਇਹ ਆਪਣੇ ਗਾਣਿਆਂ ਥਰੂ ਕਹਿ ਲਓ ਵੀ ਬੈਟਲ ਕਰ ਰਹੇ ਨੇ ਇਸ ਟਾਈਮ ਤੇ ਬਸ ਮਾਮਲਾ ਜਿਹੜਾ ਪਰਸਨਲ ਨਾ ਹੋਵੇ ਗਾਣਿਆਂ ਥਰੂ ਜਿੰਨਾ ਮਰਜ਼ੀ ਲੜੋ ਅਸੀਂ ਤਾਂ ਐਂਟਰਟੇਨ ਹੋ ਰਹੇ ਆ ਤੇ ਮੈਂ ਵੀ ਤਾਂ ਉਹੀ ਕੋਸ਼ਿਸ਼ ਕਰ ਰਿਹਾ ਐਂਟਰਟੇਨ ਕਰਨ ਦੀ ਸੇਮ ਹੀ ਮੈਟਰ ਆ ਜੇ ਤੁਹਾਨੂੰ ਇਹ ਵੀਡੀਓ ਪਸੰਦ ਲੱਗੀ ਤਾਂ ਥੱਲੇ ਕਮੈਂਟ ਜ਼ਰੂਰ ਕਰਿਓ ਜਿਵੇਂ ਕਿ ਤੁਹਾਨੂੰ ਪਤਾ ਮੈਂ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਲਾਈਵ ਆ ਜਿਨ੍ਹਾਂ ਨੂੰ ਨਹੀਂ ਪਤਾ ਮੈਨੂੰ ਫੋਲੋ ਕਰ ਲੈਣ ਆਈ ਅਮਨ ਔਜਲਾ ਦੈਟਸ ਮਾਈ ਆਈਡੀ ਇੱਥੇ ਜਾ ਕੇ ਫੋਲੋ ਕਰਿਓ ਤੇ ਮੈਂ ਲਾਈਵ ਚੈਟ ਵੀ ਕਰਦਾ ਤੇ ਮੈਂ ਤੁਹਾਡੇ ਤੋਂ ਸੁਜੈਸ਼ਨਸ ਵੀ ਲੈਂਦਾ ਰਹਿੰਦਾ ਕਿ ਅਗਲਾ ਰੋਸਟ ਕਿੰਨੂ ਕਰਾਂ ਤੇ ਬਸ ਯਾਰ ਆਹੀ ਗੱਲਾਂ ਸੀ ਤੇ ਨੈਕਸਟ ਵੀਡੀਓ 'ਚ ਮਿਲਦੇ ਹਾਂ ਜਲਦੀ ਮੈਂ ਤੁਹਾਡਾ ਆਪਣਾ ਅਮਨ ਔਜਲਾ ਲੈਣਾ ਤੁਹਾਡੇ ਤੋਂ ਇਜਾਜ਼ਤ ਹਾਂ ਸਾਹ ਚੜ ਗਿਆ ਓਏ ਕਿੱਦਾਂ ਫਿਰ